ਸੁਣਦਾ ਤੈਨੂੰ ਉਹ ਬੇਬੇ ਕਹਿੰਦੀ ਸੀ ਪਰੀਆਂ ਸਮਾਨ ਚ ਰਹਿੰਦੀਆਂ ਨੇ ਪਤੰਦਰੋ ਤੁਸੀਂ ਬਾਸੀ ਚੱਕੀ ਫਿਰਦੇ ਹੋ ਤੂੰ ਪਾ ਲੈ ਭਰਿੰਡਾ ਦੇ ਖੱਖਰ ਨੂੰ ਹੱਥ ਰਾਮਪੁਰਾ ਬਰਨਾਲਾ ਧਨੌਲਾ ਜੀਰਕਪੁਰ ਚੰਡੀਗੜ੍ਹ ਨੌਨ ਸਟਾਪ ਚਲੋ 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 ਬਈ ਉਹ ਤੂੰ ਵੀ ਤੁਹਾਡੇ ਗਿਣਾ ਤੇ ਆ ਹਜੇ ਕਹਿੰਦਾ ਨੌਨ ਸਟਾਪ ਉਹ ਕੰਨਾਂ ਚੋਂ ਮੈਲ ਕਢਾ ਮੈਂ ਨੌਨ ਸਟਾਪ ਨਹੀਂ ਨੌਨ ਸਟਾਪ ਕਿਹਾ ਮੈਨੂੰ ਤਾਂ ਪਤਾ ਹੀ ਸੀ ਤੂੰ ਇੱਥੇ ਵੀ ਮੇਰੇ ਪਿੱਛੇ ਹੀ ਆਇਆ ਮੈਂ ਇਹਨਾਂ ਚੱਕਰਾਂ ਤੋਂ ਕੋਹਾਂ ਦੂਰ ਹੈ ਆਈ ਸਮਝ ਸਤਿ ਸ੍ਰੀ ਅਕਾਲ ਜੀ ਤੂੰ ਇੱਥੇ ਕਿਵੇਂ ਨਾ ਹੁਣ ਤੇਰਾ ਕੀ ਮਤਲਬ ਸਾਰੀ ਉਮਰ ਬੱਸਾਂ 'ਚ ਸੀਟੀਆਂ ਵਜਾਉਂਦੇ ਫਿਰੀ ਜਾਈਏ ਕਿੰਨੇ ਕੁ ਵਜੇ ਆ ਜਾਣਗੇ ਤੇਰੇ ਬਾਜੀ ਓ ਮੇਰਾ ਮਤਲਬ ਬੈਂਡ 6-7 ਆ ਹੀ ਜਾਣਗੇ ਲੈ ਬਸ ਫਿਰ ਬਰਾਤ ਵਾਸਤੇ ਇੰਨੇ ਕੁ ਬਹੁਤ ਹੁੰਦੇ ਨੇ ਜੱਟ ਨਾਲ ਚਾਰ ਲਾਵਾਂ ਲੈ ਲੈ ਕੀ ਗੱਲ ਜੱਚੀ ਦੀ ਗੱਲ ਓ ਇਸ ਬੀਬਾ ਨੂੰ ਤਾਂ ਮੇਰਾ ਪਹਿਲਾ ਸੁਰ ਮਿਲਿਆ ਓ ਮੈਂ ਤਾਂ ਬਣਾਉਂ ਇਹਨੂੰ ਕੌਰ ਵੀ ਤੂੰ ਮਤਲਬ ਕੰਨ ਤਾਂ ਨਾ ਖਾ ਲਿਓ ਵੱਡਾ ਬੰਟੀ ਬੈਂਸ ਗੋਰੇ ਵੀਰੇ ਮਿੰਤ ਵਾਲੀ ਗੱਲ ਹੈ 4 ਸਾਲ ਹੋ ਗਏ ਸੀਟੀਆਂ 'ਚ ਬੂਕਾ ਮਾਰਦੇ ਨੂੰ ਬੁੱਲ ਵੀ ਬਾਜੇ ਵਾਲਿਆਂ ਵਾਂਗੂ ਸੁੱਜੇ ਪਏ ਨੇ ਗੋਰੇ ਵੀਰੇ ਮੈਨੂੰ ਕੱਢੇ ਤੋਏ ਮੈਨੂੰ ਨਰਕ 'ਚੋਂ ਕੱਢਦੇ ਗੋਰੇ ਵੀਰੇ ਮੈਨੂੰ ਬਾਹਰ ਲੈ ਜਾ ਗੋਰੇ ਵੀਰੇ ਵੀਹ ਦਿਨ ਹੋ ਗਏ ਤੈਨੂੰ ਉਹਦੇ ਨਾਲ ਧੱਕੇ ਖਾਂਦੇ ਨੂੰ ਉਹ ਹੁਣ ਤਾਂ ਪ੍ਰਪੋਜ਼ ਕਰਦੇ ਤੁਹਾਨੂੰ ਕੀ ਲੱਗਦਾ ਹਾਂ ਕਹਿ ਦੂਗੀ ਉਹ ਮੈਂ ਨਾ ਪਹਿਲੀ ਤੇਰੇ ਨਾਲ ਗੱਲ ਕਰਨੀ ਸੀ ਹਾਂ ਬੋਲ ਮੈਂ ਨਾ ਤੈਨੂੰ ਬਹੁਤ ਪਸੰਦ ਕਰਦਾ ਤੇ ਦੋਸਤੀ ਨਾਲ ਵੱਧ ਕਾਲੀ ਪਸੰਦ ਆ ਤੂੰ ਜਾਣਦਾ ਨਹੀਂ ਮੇਰੇ ਬਾਪੂ ਨੂੰ ਬਹੁਤ ਛਿੱਤਰ ਪੈਣਗੇ ਪਾਲੀ ਆ ਮੁੰਡਾ ਮੈਂ ਤਾਂ ਜੀ ਪੱਲੇ ਸਮਾਨ ਲੈ ਕੇ ਆਇਆ ਸੀ ਨਾਲ ਆਓ ਜੀ ਫਿਰ ਚੱਲਦੇ ਆ ਘਰੇ ਲੇਟ ਹੋ ਜਾਊਗਾ ਤੁਸੀਂ ਚਲੋ ਆ ਵੀ ਗੱਲ ਤੇਰੀ ਠੀਕ ਹੈ ਪਰ ਲੈ ਟੋਕਰਾ ਆ ਲੈ ਟੌਫੀ ਚੂਸੀ ਚੱਲ ਕੋਈ ਤੂੰ ਗਿਆ ਨਹੀਂ ਹਲੇ ਮੇਰੀ ਬੱਸ ਲੰਘ ਗਈ ਜੀ ਝੂਠ ਬੋਲਦਾ ਤਾਇਆ ਮੈਨੂੰ ਆਪ ਬੱਸ ਚੜਾ ਕੇ ਤੇ ਬਿਠਾ ਕੇ ਆਇਆ ਬਾਪੂ ਜੀ ਉਹ ਮੈਂ ਵੀ ਸੋਚਦਾ ਸੀ ਕਿ ਮੈਨੂੰ ਵੀ ਕੋਈ ਦੇਸੀ ਜੀ ਕੁੜੀ ਮਿਲ ਜਾਵੇ ਜਿਹਦੇ ਮੱਥੇ ਤੇ ਨਾ ਵਾਲਾਂ ਦੀ ਲੱਟ ਗਿਰਦੀ ਹੋਵੇ ਤਾਇਆ ਇਹ ਤਾਂ ਆਪਣੀ ਪਾਲੀ ਨੂੰ ਕਹਿੰਦਾ ਸੀ ਰੱਬ ਆਪਾਂ ਨੂੰ ਮਿਲਾ ਰਿਹਾ ਤੂੰ ਉਹਦੇ ਇਸ਼ਾਰੇ ਨੂੰ ਸਮਝ ਤੈਨੂੰ ਮਜ਼ਾਕ ਲੱਗਦਾ ਹੈ ਤੂੰ ਮੇਰੇ ਲਈ ਬਸ ਇੱਕ ਦੋਸਤ ਹੈ ਉਸ ਤੋਂ ਅੱਗੇ ਕੁਛ ਨਹੀਂ ਤੇਰੇ ਲਈ ਚੰਗਾ ਇਹ ਹੈ ਕਿ ਤੂੰ ਆਪਣਾ ਨਾਟਕ ਬੰਦ ਕਰਕੇ ਚੁੱਪਚਾਪ ਇੱਥੋਂ ਚਲਾ ਜਾ ਹਾਂ ਤੂੰ ਮੇਰੀ ਲਾਈਫ ਦਾ ਸਭ ਤੋਂ ਵੱਡਾ ਚਾਅ ਸੀ ਹੁਣ ਨਹੀਂ ਪੂਰਾ ਹੋਇਆ ਤਾਂ ਕੋਈ ਧੱਕਾ ਥੋੜਾ ਨਾ ਕੱਚਿਆਂ ਨੇ ਕੱਚੇ ਉੱਤੇ ਨੱਚ ਕੇ ਦਿਖਾਤਾ ਵੇ ਵੇ ਬਸ ਕਰ ਹੋਰ ਨਾ ਅਜ਼ਮਾ ਤੂੰ ਬਸ ਮੈਨੂੰ ਹੋਰ ਨਾ ਅਜ਼ਮਾ